अनेक भव जल पार पर नानक भव जल पार पर जो गावे प्रभु के जो गावे प्रभु के जगत में झूठी देखी प्री अपने ही सुख सो सब लागे अपने ही सुख सो सब लागे क्या दारा क्या मीत क्या दारा क्या मीत झूठ देखी प्रीत मेरो समय कहते हैं मेरो समय कहते हैं हित सो बांधे ची हित सो बांधे ची
अंतकाल संगीन है, अंतकाल संगीन है, को ए अचरज हैरी मेरो मेरो सबे कहते हैं, अनक भात अनक भात माया के हित स्यो बंदेओ चीत, अनक भात माया के सर पर होत जान अनेक, सर पर होत जान अनेक, बिरख की छाया सो रंग लावे, ओ बिनसे एह जो दुनिया शेर मेला, ओ बिन से एह जो दुनिया शेर मेला, दस्तगीरी ना है बिरख की छाया सो रंग लावे, ओ बिन से, ओ बिन से, ओ मन पछतावे, जो दिसे जो दिसे सो चलन हार, लपट रहे हो तैं अंध अंधार, बटाऊ सो मुसाफिर नाल बटाऊ दा अखरी अर्थ है बाट चलन वाला, वाट विच पिया होया, वाट अपने पंजाब दी ठेठ बोली विच रस्ते नू मुसाफरी नू आखदे, ते मुसाफरी विच भी तो कई दोस्त बन जांदे ने। लोड मैं तो एक बार कीती सी भी केडी अजीब गल है, जदों मनुख ट्रेन विच असवार हुंदा है होर भी कई बटाऊ होंगे मुसाफिर होंगे, तो यह मनुखी सुभा है, खाली भी पई हो सीट फिर भी चाहता भी मैं सौखा बैठा, दूजे नू आखी जगह नहीं इत्थे कोई थान नहीं, तो जेड़ा नवा असवार आंदा है बटाऊ वो कहता मैनू थां मिले, वो कहता थोड़ा जहा पासा वट मैं भी बहना टिकट लई हुई, कई बार झगड़ा भी करता है बैठ जाता है, पर बटाऊ की दुश्मनी भी तो बटाऊ का हित भी दोनों चीज़ा स्थिर नहीं। 10 मिनट बाद ही उनके नाल कोलो पुछन लग पा कितों है भरावा, उन्हें पता है जे इनके नाल न्यू नहीं लगावगा ते जे मैनू प्लेटफार्म ते उतरना पै गया मेरे समान की राखी मेरी सीट की राखी कौन करेगा, जिंदे कोलों आप मुश्किल नाल सीट ली होंदी है फिर जदों आप प्लेटफार्म ते उतरना उन्हूं कहिंदा नहीं मेरा ध्यान रखी मेरी सीट का ध्यान रखी, फिर उन्दे ते उस सीट का भरोसा भी करदा है, जो कुछ घरों लिया हों भी रल मिल के खाद,
एक दूजे को एड्रैस भी पुछता है, कारोबार भी पुछता है, परिवार भी पुछता है, पर सब कुछ हित होने दे नेड़ होने दे बावजूद जो अपना स्टेशन आ जाए उन्हें भी उतर जाना है, तू भी उतर जाना है। ਇਹ ਕਦੀ ਨਹੀਂ ਹੋਇਆ ਵੀ ਮੇਰਾ ਇਹਦਾ ਹਿੱਤ ਹੋ ਗਿਆ ਹੈ ਹੁਣ ਮੈਂ ਇਹਦੇ ਨਾਲ ਹੀ ਤੁਰਿਆ ਜਾਵਾਂ, ਜਾਂ ਮੇਰਾ ਇਹਦਾ ਹਿੱਤ ਹੋ ਗਿਆ ਮੈਂ ਇਹਦੇ ਨਾਲ ਹੀ ਉਤਰ ਜਾਵਾਂ। ਨਹੀਂ, ਆਪਣਾ ਆਪਣਾ ਹਰ ਇੱਕ ਦਾ ਸਟੇਸ਼ਨ ਹੈ। ਗੁਰੂ ਨੇ ਵੀ ਆਖਿਆ ਵਾਰੀ ਆਪੋ ਆਪਣੀ, ਵਾਰੀ ਆਪੋ ਆਪਣੀ, ਚਲੇ ਮਸਾਇਕ ਸੇਖ। ਵਾਰੀ ਆਪਣਾ ਸਟੇਸ਼ਨ, ਉੱਥੇ ਹਰ ਇੱਕ ਨੇ ਉਤਰਨਾ ਤੇ ਉਤਰਨਾ ਪੈਣਾ। ਬਸ ਇਹਨਾਂ ਦੋ ਲਾਈਨਾਂ ਵਿੱਚ ਆਇਓ ਗੱਲ ਸਮਝਾਉਣ ਵਾਲੇ ਕਿ ਮੇਰੇ ਮੇਰੋ ਸਭ ਕਹਿਤ ਹੈ, ਕਿਉਂਕਿ ਮੁਸਾਫਰ ਨਾਲ ਦੇ ਮੁਸਾਫਰ ਨੂੰ ਆਪਣਾ ਨਹੀਂ ਬਣਾਵਾਂਗੇ। ਤਦ ਵੀ ਮੈਂ ਤਾਂ ਸੋਚ ਹੀ ਪਿਆ ਸਾ ਜਦੋਂ ਮੇਰੇ ਸਾਹਮਣੇ ਸ਼ਬਦ ਆਇਆ, ਕਿਉਂਕਿ ਲਗਾਤਾਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਸੰਸਾਰ ਪ੍ਰਤੀ, ਸੰਸਾਰ ਦੀ ਕਹਾਣੀ ਪ੍ਰਤੀ ਉਹ ਗੱਲ ਸਮਝਾ ਰਹੀ ਹੈ। ਅਤੇ ਮੈਂ ਸੋਚ ਹੀ ਪੈ ਗਿਆ ਕਿ ਜਗਤ ਨੂੰ, ਜਗਤ ਦੀ ਪ੍ਰੀਤ ਨੂੰ, ਸੰਸਾਰ ਦੇ ਨਿਉਂ ਨੂੰ ਝੂਠਾ, ਗਲਤ, ਬੇਵਫਾ, ਕਿਉਂਕਿ ਪਿੱਛੇ ਵੀ ਇਹੋ ਜਿਹੇ ਸ਼ਬਦ ਆਏ, ਪਿੱਛੇ ਵੀ ਸ਼ਬਦ ਆ ਚੁੱਕੇ ਨੇ। ਵਫਾਦਾਰੀ 'ਤੇ ਕੋਈ ਭਰੋਸਾ ਨਹੀਂ, ਇਹ ਪਿਛਲੀ ਵਾਰ ਦੱਸੇ ਸ਼ਬਦ 'ਤੇ ਸੀ। ਕੋਈ ਮਿੱਤਰ ਨਹੀਂ, ਇੱਥੇ ਵੀ ਅੱਜ ਵੀ ਮਸਾ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉਂ ਸਭ ਲੱਗ ਗਏ, ਕਿਉਂ ਦੌਰਾ ਕਿਉਂ ਮੀਤ, ਤੇਰਾ ਕੋਈ ਨਹੀਂ। ਐਵੇਂ ਮੇਰੋ ਕਹਿਣ ਵਾਲੇ ਨੇ, ਮੇਰੋ ਸਭ ਕਹਿਤ ਹੈ, ਹਿੱਤ ਸਿਉਂ ਬਾਂਧ ਦਿਓ, ਅੰਤਕਾਲ ਸੰਗੀ ਨਹੀਂ ਕਹੋ, ਤੇਰਾ ਕੋਈ ਨਹੀਂ। ਇਹ ਸਮਝ ਲੈ ਵੀ ਤੂੰ ਇੱਥੇ ਬਟਾਊ ਸਿਉਂ ਜੋ ਲਵੇ ਨਿਉਂ, ਤਾਂ ਕੋ ਹੱਥ ਨਾ ਆਵੇ, ਕਿਉਂ ਕੁਛ ਪੱਲੇ ਨਹੀਂ ਪੈਣਾ। ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾ ਹੈ, ਕੋਈ ਕਿਸੇ ਦਾ ਸਾਥ ਨਿਭਾਉਣ ਵਾਲਾ ਦਸਤਗੀਰ ਨਹੀਂ, ਹੱਥ ਮਿਲਾ ਕੇ ਜੀਵਨ ਭਰ ਵਾਇਦੇ ਪ੍ਰੋਮਿਸ ਨਾਲ ਇਕੱਠੇ ਚੱਲਣ ਵਾਲਾ ਕੋਈ ਨਹੀਂ। ਅੰਤਕਾਲ ਸੰਗੀ ਨਹੀਂ ਕਹੋ, ਇਹ ਅਚਰਜ ਹੈ ਰੀਤ। ਹੋਰ ਅਜੀਬ ਗੱਲ ਇਹ ਹੈ, ਨਾਲ ਲਫਜ਼ ਰੀਤ ਵਰਤਿਆ, ਮੈਂ ਪਿਛਲੇ ਦਿਨ ਚਰਚਾ ਕੀਤੀ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਇੱਕ ਲਫਜ਼ ਵੀ ਨਾਲ ਨਾਲ ਵਿਚਾਰਨਾ, ਰੀਤ ਕਿਉਂ ਵਰਤਿਆ। ਕੋਈ ਕੰਮ ਇੱਕ ਦਿਨ ਦਾ ਹੋਵੇ, ਦੋ ਦਿਨ ਦਾ ਹੋਵੇ, ਕੋਈ ਇੱਕ ਕਰੇ ਦੋ ਕਰਨ, ਤਾਂ ਉਹਨੂੰ ਰੀਤ ਨਹੀਂ ਆਖਦੇ। ਰੀਤ ਦਾ ਮਤਲਬ ਹੁੰਦਾ ਜਿਹੜਾ ਰਸਮ ਬਣ ਜਾਏ, ਮਰਿਆਦਾ ਹੀ ਬਣ ਜਾਏ, ਫਲਾਣੀ ਰੀਤ ਹੈ, ਫਲਾਣੇ ਖਾਨਦਾਨ ਦੀ ਰੀਤ ਹੈ, ਜਿਹੜੀ ਚੀਜ਼ ਟੁੱਟ ਨਾ ਸਕੇ, ਹਮੇਸ਼ਾ ਚੱਲਦੀ ਰਹੇ, ਉਹਨੂੰ ਰੀਤ ਆਖਦੇ ਨੇ। ਇੱਥੇ ਲਫਜ਼ ਰੀਤ ਕਿਉਂ ਵਰਤਿਆ? ਕਹਿਣ ਲੱਗੇ ਕਿ ਜੀ ਕੀ ਅਜੀਬ ਗੱਲ ਹੈ, ਸੰਸਾਰ ਦੀ ਇਹ ਰੀਤ ਹੈ, ਇਹਨੂੰ ਤੋੜਿਆ ਨਹੀਂ ਜਾ ਸਕਦਾ। ਕੀ ਰੀਤ ਹੈ? ਕਿ ਮੇਰੋ ਸਭ ਕਹਿਤ ਹੈ, ਹੇ ਤੁਸੀਂ ਬੰਧਿਓ ਚੀਤ, ਅੰਤਕਾਲ ਸੰਗੀ ਨਹੀਂ ਕਹੋ, ਇਹ ਅਚਰਜ ਹੈ ਰੀਤ, ਇਹ ਅਚਰਜ ਜਿਹੀ ਰੀਤ ਹੈ, ਰਸਮ ਹੈ, ਭਾਵ ਇਹ ਹੋਣੀ ਹੀ ਹੋਣੀ ਰੀਤ।
ਕਹਿਣ ਲੱਗੇ ਕਿ ਐਡੀ ਅਜੀਬ ਗੱਲ ਹੈ, ਮੈਂ ਇਹ ਰੀਤ ਇਹ ਰਸਮ ਇਹ ਮਰਿਆਦਾ ਸਮਝਾਉਂਦਿਆਂ ਸਮਝਾਉਂਦਿਆਂ ਮਨ ਨੂੰ ਥੱਕ ਗਿਆ। ਮਨ ਵੇਖ ਵੀ ਰਿਹਾ, ਪਿਛਲੀ ਵਾਰ ਵੀ ਲੋਕ ਦੱਸਦੇ ਸਨ ਕਿ ਮਨੁੱਖ ਦੇ ਵੇਖਦਿਆਂ ਵੇਖਦਿਆਂ ਕੋਈ ਇੱਕ ਥੋੜ੍ਹਾ ਚਲਾ ਗਿਆ, ਕਿੱਥੇ ਤੈਨੇ ਮਾਪਿਆਂ ਜਿਹਨੀ ਤੂੰ ਜਿਹਨੇ ਹੋਏ ਤੇਰੇ ਸਾਹਮਣੇ ਚਲੇ ਗਏ, ਪਰ ਤੂੰ ਅਜੇ ਨਾ ਪਤੀ ਨਹੀਂ ਹੋਏ, ਤੈਨੂੰ ਅਜੇ ਵੀ ਵਿਸ਼ਵਾਸ ਨਹੀਂ। ਮਨ ਮੂਰਖ ਅਜੂ ਹੁਣੇ ਸਮਝਤ, ਅਜੇ ਵੀ ਨਹੀਂ ਸਮਝਿਆ। ਸਿੱਖ ਦੇ ਹਾਰਿਓ ਨੀਤ, ਮੈਂ ਰੋਜ਼ ਸਿੱਖਿਆ ਦੇ ਦੇ ਕੇ ਸਮਝਾ ਸਮਝਾ ਕੇ ਹਾਰ ਗਿਆ। ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਗੱਲ ਕਿਉਂ, ਕਿਉਂਕਿ ਉਹਨਾਂ ਨੇ ਇਸ ਪੱਖ ਨੂੰ ਇਸ ਸਬਜੈਕਟ ਨੂੰ ਜ਼ਿਆਦਾ ਸਮਝਾਇਆ, ਇਸ ਲਈ ਲਫਜ਼ ਵਰਤਿਆ। ਮਨ ਮੂਰਖ ਅੱਜ ਹੁਣੇ ਸਮਝਤ, ਸਿੱਖ ਦੇ ਹਾਰਿਓ ਨੀਤ, ਰੋਜ਼ ਮੈਂ ਇਹਨੂੰ ਸਮਝਾਉਂਦਾ ਰਿਹਾ ਵੀ ਇਹ ਤਾਂ ਰੀਤ ਹੈ ਇੱਥੋਂ ਦੀ। ਹੁਣ ਸੋਚਣ ਵਾਲੀ ਗੱਲ ਮੇਰੇ ਲਈ ਇਹ ਸੀ ਕਿ ਕੀ ਇਹਦਾ ਮਤਲਬ ਇਹ ਹੈ ਕਿ ਗੁਰੂ ਇਸ ਸੰਸਾਰ ਤੋਂ ਮਨੁੱਖ ਨੂੰ ਉਪਰਾਮ ਕਰ ਦੇਣਾ ਚਾਹੁੰਦੇ ਨੇ, ਲਓ ਇੱਥੇ ਰੁਕਣਾ ਹੈ, ਸਿੱਖ ਨੂੰ ਸੰਸਾਰ ਤੋਂ ਇਹਨਾਂ ਬਾਤਾਂ ਨੂੰ ਕਿ ਕਰ ਦੇਣਾ ਚਾਹੁੰਦੇ ਨੇ, ਫਿਰ ਤਾਂ ਸੰਸਾਰ ਵਿੱਚ ਰਹਿਣਾ ਹੀ ਔਖਾ ਹੋਏਗਾ। ਕਿ ਮਨੁੱਖ ਸਿੱਖ ਸੰਸਾਰੀ ਨਹੀਂ, ਰੁਕਣਾ ਔਰ ਕਿਹੜੀ ਅਜੀਬ ਗੱਲ ਹੈ, ਜਿੱਥੇ ਇੱਕ ਪਾਸੇ ਕਹਿੰਦੇ ਨੇ ਦੁਨੀਆਂ ਨਾ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਇਹਨਾਂ ਨਾਲ ਕੀ ਪਿਆਰ, ਇਹਨਾਂ ਨੂੰ ਕਿਉਂ ਚੰਗਾ ਆਖਣਾ ਹੈ? ਉੱਥੇ ਦੂਜੇ ਪਾਸੇ ਇਹ ਵੀ ਆਖਦੇ ਨੇ ਦੁਨੀਆ ਬਹੁਤ ਖੂਬਸੂਰਤ ਹੈ, ਕਿਉਂਕਿ ਬਣਾਈ ਹੋਈ ਕਹਿੰਦੀ ਹੈ। ਜੇ ਅਸੀਂ ਇਸ ਨੂੰ ਸਿਰਫ ਨਿੰਦੀ ਜਾਈਏ, ਇਸ ਨੂੰ ਨਿੰਦਿਆ ਦਾ ਕਾਰਨ ਸਮਝੀਏ, ਤਾਂ ਫਿਰ ਤਾਂ ਦੁਸ਼ਮਣ ਦੀ ਬਣਾਈ ਹੋਈ ਚੀਜ਼ ਨੂੰ ਨਿੰਦਿਆ ਜਾਂਦਾ ਹੈ। ਇਹ ਤਾਂ ਮੇਰੇ ਰੱਬ ਨੇ ਬਣਾਈ ਹੈ। ਬੜੇ ਮਸਲੇ ਸਾਡੇ ਸਾਹਮਣੇ ਨੇ ਗੁਰਬਾਣੀ ਨੂੰ ਸਮਝਣ ਲਈ। ਬਣਾਈ ਕਿਹਨੇ ਹੈ? ਮੇਰੇ ਰੱਬ ਨੇ। ਕੀ ਉਹ ਕੁਛ ਮਾੜਾ ਵੀ ਕਰਦਾ? ਇਹਦਾ ਮਤਲਬ ਰੱਬ ਕੋਈ ਮਾੜੀਆਂ ਚੀਜ਼ਾਂ ਵੀ ਬਣਾਉਂਦਾ, ਮਾੜਾ ਵੀ ਕਰਦਾ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨਹੀਂ, ਜੋ ਕੁਛ ਉਹ ਕਰਦਾ ਹੈ ਉਹ ਮਾੜਾ ਕੁਛ ਨਹੀਂ ਕਰਦਾ, ਚੰਗਾ ਕਰਦਾ, ਪੂਰੇ ਕੱਕੀ ਆ ਸਭ ਕੁਛ, ਪੂਰਾ ਘੱਟ ਵੱਧ ਕੁਛ ਨਾ। ਅਤੇ ਫਿਰ ਜੇ ਉਹਦਾ ਬਣਾਇਆ ਹੋਇਆ ਸੰਸਾਰ ਹੈ ਤਾਂ ਫਿਰ ਕੀ ਉਹਨੇ ਇਸ ਲਈ ਬਣਾਇਆ ਕਿ ਤੂੰ ਇਹਦੇ ਤੋਂ ਨਫ਼ਰਤ ਕਰੇ, ਇਹਨੂੰ ਛੱਡਣ ਲਈ ਤਿਆਰ ਹੋਵੇਂ? ਕੋਈ ਵੀ ਤਿਆਰ ਨਹੀਂ ਹੁੰਦਾ। ਅਤੇ ਜਿਹੜਾ ਕੋਈ ਸੰਸਾਰ ਛੱਡਣ ਲਈ ਤਿਆਰ ਨਹੀਂ ਹੁੰਦਾ, ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਨਹੀਂ ਮੰਨਦਾ। ਸੋਚਣਾ ਪੈਂਦਾ, ਇੱਕ ਪਾਸੇ ਅਸੀਂ ਕਹਿੰਦੇ ਜੋ ਗੁਰ ਕਹਿ ਸੋਈ ਭਲ ਮੰਨੋ, ਬੜੇ ਜਿੰਨੀ ਉਹਦੀ ਸੀ ਗਹਿਰਾਈ ਵਿੱਚ ਨਹੀਂ ਗੁਰਬਾਣੀ ਦੀ ਜਾਵਾਂਗੇ ਸਾਡੇ ਲਈ ਮੁਸ਼ਕਲ ਬਣ ਜਾਏਗੀ। ਇੱਕ ਪਾਸੇ ਕਹਿੰਦੇ ਮੇਰਾ ਗੁਰੂ ਜੋ ਆਖਦਾ ਉਹਨੂੰ ਮੰਨ ਲੈ, ਅਤੇ ਮੇਰਾ ਗੁਰੂ ਤਾਂ ਇਹ ਆਖ ਰਿਹਾ ਜਗਤ ਮੈਂ ਝੂਠੀ ਦੇਖੀ ਪ੍ਰੀਤ, ਤਾਂ ਫਿਰ ਸੰਸਾਰ ਨੂੰ ਝੂਠਾ ਸਮਝ ਕੇ ਸੰਸਾਰ ਨੂੰ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨ ਸਾਚ ਕਰ ਹਮ ਗਾਂਠ ਦਿੰਦੀ ਹੈ ਮੇਰਾ ਭੁਲੇਖ ਹੈ, ਮੈਂ ਇਹਨੂੰ ਸੱਚ ਸਮਝ ਕੇ ਗੰਢ ਬੰਨ ਲਿਆ, ਸੱਚ ਕਰ ਹਮ ਗਾਂਠ ਦਿੰਦੀ ਛੋਟ ਪਰਮ ਨੇ। ਹੁਣ ਮਸਲਾ ਇਹ ਨਹੀਂ ਕਿ ਸੰਸਾਰ ਝੂਠਾ ਹੈ ਇਸਨੂੰ ਛੱਡ ਦੇ, ਸਿੱਖ ਨੂੰ ਜੇ ਗੁਰੂ ਸਮਝਾ ਰਿਹਾ ਹੈ ਤਾਂ ਇਸ ਲਈ ਨਹੀਂ ਕਿ ਦੁਨੀਆਂ ਤੋਂ ਨਫ਼ਰਤ ਕਰ,
संसार छड़ दे, नहीं बल्कि इसलिए संसार नू समझ लै, छड़ना नहीं समझना। कि जेड़ा मनुख समझ लैंदा है ना, वो हर औखे समय लई आने वाले समय लई प्रिपेयर हो जाता है। तैनू ये पता होवे कि ये अचरज है, रीत ये संसार दी रीत है, इत्थे कोई किसे दा नहीं। इसलिए इस आस नाल ना जीवी कि संसार दा हर मनुख में जो कुछ कहिंदा है वो मेरा ही है, नहीं रह दुनिया अंदर मन रे ग्रही मैं उदास। तू घर विच रहे, दुनिया विच रहे, पर इत्थे रहिंदियां होयां ही उदास हो। मैं एक बार अर्ज कीती सी भी तीन लफज इकट्ठे क्यों आ गए, मेरा घर बनिया बन ताल बनिया। ऐसी जदों इकट्ठे कर दिंदे ना फिर कई बार होंदे अर्थ नहीं समझ। बन कहिंदे ने जंगल नूं, ताल कहिंदे ने पवित्रता नूं, ग्रिस्ती नूं ना पवित्र मन्या जांदा सी, ग्रिस्ती नूं ना उदासी त्यागी मन्या जांदा सी। ते बन जिहड़ा है ओह त्याग दी निशानी है, जिते कुछ भी नहीं। जंगल लोग जंगलों में उह ही जांदे सन, जोगी सन्यासी जिहड़े घर छड्डदे सन, त्याग करदे सन दुनिया दा। ते ताल दा मतलब पवित्रता, ताल बणदे ही पवित्रता। ये संसारिक पानी दे ताल जड़े ने शरीर की पवित्रता लई ने, ते जेड़ा गुरु दा ताल बनाया होया वो मन की पवित्रता लई। ते गुरु ने आख दिता मैं तीनों चीज़ां इकट्ठियां कर देना चाहना, तू घर छड़ना नहीं, घर छड़ना नहीं, इंदे विच बन पैदा करना, इंदे विच ताल पैदा करना, इंदे विच रहिंदे होया तू पवित्र भी होना है ते उदासी भी होना है। मन रे ग्रह ही मैं उदास, मेरा फिर बनेगा, मेरा घर बनिया बन ताल बनिया, तीनों चीज़ें बन जाएंगी इकट्ठिया हो जाएंगी। गुरु कहता मैं तेनों इसलिए घर समझाना चाहना कि तू इन दे विच बन ते ताल बन के जीव सके। ये घर की रीत की है, मेरे मेरो सब कहता है, हित स्यों बांधियो चीत अंतकाल संगी निको। इत्थे रह लेकिन अपने आप नूं इस गल लई प्रिपेयर करके रह कि इत्थे कोई किसे ने हमेशा लई साथ नहीं हो देना। जे अचानक किसे दुख विच पै जाए ना तो मनुख दुखी हुंदा है, ते जे प्रिपेयर होवे, जे पहला मन बनिया होवे फिर दुखी नहीं हुंदा। गुरु ने आख्या मैं तैनूं इसलिए ये गल समझाना चाहना कि सुख दुख दोहें दर कपड़े, और रब तैनूं दुखी करना नहीं चाहता, उन्हें संसार तैनूं दुखी करने लिए नहीं बनाया, तैनूं जीवना सिखाने लिए बनाया है। इत्थे किवें रहना है, किवें जीवना है, ताकि तैनू पता होवे कि इत्थे हर आ जिहड़ा जिहड़ा भी आया है। और अजीब गल है बाणी सतगुरु आप आख रहे ने, कहिंदे ने साधो, पिछले दिनां विच गुरु तेग बहादुर साहब दे शब्द आया है, साधो रचना आराम बनाई, बने बनाइए वाह वाह का बड़ा तमाशा। ये तमाशा होता है, एक बिन से एक बिन से एक अस्थिर मन ने अचरज लखियो ना जाई, अचरज लखियो ना जाई, ए अचरज है रीत। अचरज रीत है ए हर मनुख जेड़ा इस रीत नू नहीं समझ रहा दुखी इसलिए हो रहा है। मैं एक बार एग्जाम्पल दित्ती सी,
जो कुछ संसार विच होंदा है कहानियां इसे दियां बनदियां ने, क्योंकि इतिहास कहानी जड़ी बनती है वो प्रैक्टिकली जो कुछ होंदा है उनका बनावटी रूप उन्हें चित्रया जाता है। तो उस कहानी ते आधारित फिल्मां बन गई अजकल, क्योंकि साधन बदल गए ना, पहले फिल्मां नहीं सन होंदियां, केवल कहानियां सन, केवल इतिहास सन। हुण इतिहास नूं कहानियां नूं फिल्मा दिता गया, वह कुछ असी प्रैक्टिकल देख रहे हैं। तो है वह कुछ जो कुछ दुनिया अंदर हो रहा है, फिल्म भी उस चीज़ की बनती है। हुण जरा मैं एक बार एग्जाम्पल दिती सी, सोचियो कि दुनिया अंदर रहिंदिआं आपां बाहर निकलीए तो साढ़े सामने कोई किसी नूं कतल कर देवे, असीं एकदम घबरा जावांगे, पुलिस नूं फोन करन दी कोशिश करांगे ताकि कोई बौड़े इन्हें कतल कर दिता है, कतल है कितें नस न जाए। ये साडी रोजाना की जिंदगी है, पर तुसी देखते हो ये कुछ फिल्मों में भी होंगे। जो तुसी पिक्चर देखने जाते हो, जो फिल्म एक कुछ उत्थे भी होंगे, उत्थे भी कई बार तुहाडे देखदिआं देखदिआं स्क्रीन पर कोई एक दूजे नूं कतल कर दिंदा, पर कदे तुसी उत्थे छेती नाल पुलिस नूं फोन किया? एग्जाम्पल है, फिल्म देखते हैं जे भला कोई एक दूजे नूं कतल कर देवे, कोई होर गुनाह कर देवे, चोरी कर लवे, तुहाडे सामने चोर होवे फिल्म विच कम करदा जेड़ा उसने चोरी चोरी करके किसी का घर बर्बाद किया, तुसी कदे पुलिस नूं फोन किया? क्यों नहीं किया? क्योंकि तुहानू पता लग गया ये फिल्म है। बस लो आ गल समझ ली, जिस दिन सानू पता लग गया ये फिल्म है, फिर उनका असर वो नहीं रहिंदा जो समाज विच रहिंदिआं होंदिआं, उत्थे हुण ओहो ही कतल होया है, ओहो ही चोरी होई है, पर साडे मन ते असर कोई नहीं होया, असीं फिल्म देख रहे हैं, ये सब कुछ फिल्म विच हो रहा है। जे प्रैक्टिकली जे संसार विच असीं होंदा देख लईए ते खौर बर्दाश्त ना होवे, उत्थे हो जांदा है। क्यों? क्योंकि पता लग गया है फिल्म है। ते गुरु केंद्र मैं तेनूं इह गल समझाना चाहना कि संसार भी एक तमाशा है। भाई गुरदास ने भी लिखे हैं, कहिंदे बाजीगरी जिहड़ा है उस संसार बाजीगरी है, सब कूड़ तमाशा। बाबा कबीर जी ने भी आखे, बाजीगरी संसार कबीरा चेत ढाल पास, बाजी खेड है। गुरु कहिंदे ने मैं तेनूं सिर्फ यह समझाना चाहना भी यह संसार एक खेड है, तो बनाई हुई है मेरे बालक दी, इसलिए इन्दे तो नफरत ना करी, इनू समझ लई। मैं तेनूं समझाना चाहना, मन मूर्ख अज हूं है समझ, गल तो समझन दी है। गुरु संसार दे जीवन नूं समझाना चाहता है, तेनूं संसार तो उपराम करके जंगलों में नहीं भेजना चाहता, तेनू संसार तो उपराम होके फा लैन लई जां सुसाइड करन लई बिल्कुल नहीं प्रेरना चाहता भी दुनिया छड़ दे। कहिंदा रचना है, तमाशा है, वेखी जाना है, कोई अर्ज नहीं, कोई कतल हो रहा है, कोई जा रहा है, कोई आ रहा है, कोई अपना है, कोई बिगड़ना है, देख रहे हो फिल्म है, वाह वाह का बड़ा तमाशा है, वड्डा तमाशा है, वड्डी फिल्म है। गुरु कहिंदे ने संसार नूं मैं तेनूं समझाना चाहना कि संसार एक तमाशा है, बस
जिस दिन तू इनू समझ लिया के तमाशा है फिर तू किसे ऐसे रिश्तेदार ते गुस्सा नहीं करेगा जेड़ा तेरा साथ ना देवे। सतगुरु ने पानी अंदर रख दिता। कहने लगे सती पुकारे चे चढ़ी चिखाते चढ़ी हुई सती चिखाते बिठाई हुई सती मसान भूमिका नु संबोधन करके एक ख्याल दिंदी है आवाज दिंदी कबीर सती पुकारे चे चढ़ी सुनो वीर मसान वीर तो पावे थे वीर संबोधन हे मसान भूमिका वीरे मेरी गल सुन सती पुकारे चे चढ़ी सुनो वीर मसान लोग सुबायो चल गयो आ जेडे मैनु चिखाते बिठाने वाले सन चले गए हुण तो तू ते मैं ही हाँ मेरे कोल नहीं रहे हैरान होना। शाह हाशिम ने भी बड़ी खूबसूरत एक गल आखी कहन लगा मैं की देखना कि लोग कबर दी करन तैयारी। शाह हाशिम कहंदा तेंदा लोग कबर दी करन तैयारी ते लेंद बनावन डेरा ते भर भर बुक मिट्टी दा पावन जिन्ने नाल गए हुंदे ने सारिया ने मिट्टी दा एक एक बुक पाउणा हुंदा इसलिए तां कि इहदे दीवान विच इहनू पता लग जाए कि मेरे एक दो चार छे आदमियां दा काम नहीं है सारिया ने मैनू दीवाना च आया ते साडे की रिवाज है। तुसीं देखियो कई वारी जदों चिखा चिणदे उदों जिन्ने नाल गए हुंदे ने जिन्हां दे ना हाथ पैर जां बूढ़े पावे ओह गल वक्खरी नहीं तां सारे एक एक दो दो लकड़ां चुक के चुक के लियाउंदे ते इहो गल शाह हाशिम ने आखी कहिंदा लोग कबर दी करन तैयारी लैंद बुलाउण डेरा भर भर बुक मिट्टी दा पावन ते करदे ढेर उचेरा ते दे दरूद करानू आवन कूकन शेरा शेरा सारे अपना अपना शेरा शेरा के भी मेरा शेर पुत्र चला मेरा शेर भरा चला गया बस जबानों कहन वाली मेरो मेरो सबे कहता है ते उदों मिट्टी दा ढेर उच्चा करन वास्ते कबर दा ढेर उच्चा करन लई सारिया ने मिट्टी पाई ते एहो गल बाबा कबीर ने आखी। कबीर सती पुकारे चे चढ़ी सुनो वीर मसान लोग सुबाया चल गयो हम तुम काम निदान बाकी तू ते मैं ही इत्थे रह गए सारे जेड़े मेरे नाल आए सन। सतगुरु ने बाणी विच आखिया कहन लगे सारे आउंदे ने दरवाजे तक ते कोई मसान भूमिका तक वापस चले जाते किसी की यह हिम्मत नहीं होंगी कि मैं नाल तुर जाऊंगा ये रीत है ये कोलांबा नहीं मत समझो संसार नू गुरु तेग बहादुर पातशाह कोई ओलांबा दे रहा रीत लफज इसे लिए वरत्या ने कि ओलांबा उत्थे खत्म हो जाता जिथे रीत बन जाए। कहने लगे दुनिया का ये बेवफाई का काम कि कोई किसी के नाल नहीं निभदा ये रीत है इनू उलांबा भी ना समझ कित दुनिया तो उपराम ना हो जाए दुनिया बनाई हुई मेरे रब दी है साधो रचना आराम बनाए पर उन्दे विच एक रीत बना दिती वो रीत की सी एक बिन से एक अस्त्र माने अचरज लखियो न जाई जग झूठे को साच जान के ताश्यों रुच उपजाई ए रीत बना देती ते रीत तो नफरत नहीं होती क्योंकि रसम तो तेनू प्रिपेयर करने लई तेनू पता होवे कि ए होना ही होना है तेनू पता होवे कि किसे ने मेरा साथ नहीं देना तेनू पता होवे कि कोई मेरे नाल नहीं जाना जिहड़ा तन तेरे नाल पैदा होया उन्हें भी नहीं जाना
ਸਤਿਗੁਰੂ ਨੇ ਬਾਣੀ ਵਿੱਚ ਆਖਿਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਲਹੋਇਆ। ਜਿਹੜਾ ਤਨ ਤੇਰੇ ਨਾਲ ਆਇਆ ਸੀ ਜਾਣ ਲੱਗਿਆ ਉਹ ਵੀ ਨਾਲ ਨੰਗਿਆ। ਇਹ ਸਾਰਾ ਕੁਛ ਇੱਕ ਰੀਤ, ਇੱਕ ਰਸਮ, ਇੱਕ ਮਰਿਆਦਾ ਬਣ ਗਈ ਅਤੇ ਉਸ ਮਰਿਆਦਾ ਨੂੰ ਬਣਾਉਣ ਵਾਲਾ ਮੇਰਾ ਮਾਲਕ ਆਪ ਆਏ। ਇਸ ਲਈ ਬਣਾਉਣ ਵਾਲੇ ਨੇ ਤੈਨੂੰ ਸਮਝਾਉਣ ਲਈ, ਤੇਰਾ ਤੈਨੂੰ ਪ੍ਰਪੇਅਰ ਕਰਨ ਲਈ ਮਰਿਆਦਾ ਬਣਾਈ ਹੈ। ਜਿਵੇਂ ਅਸੀਂ ਫਿਲਮ ਨੂੰ ਜਦੋਂ ਪਤਾ ਲੱਗ ਜਾਏ ਕਿ ਫਿਲਮ ਦੇਖ ਰਹੇ ਹਾਂ, ਫਿਰ ਉਹਦੇ ਵਿੱਚ ਕਿਸੇ ਚੀਜ਼ ਨੂੰ ਉਲਾਂਭਾ ਨਹੀਂ ਰਹਿੰਦਾ, ਉਹਦਾ ਅਸਰ ਖਤਮ ਹੋ ਜਾਂਦਾ। ਇਸੇ ਤਰ੍ਹਾਂ ਗੁਰੂ ਕਹਿੰਦੇ ਨੇ ਭਲਿਆ ਸੰਸਾਰ ਨੂੰ ਇੱਕ ਫਿਲਮ ਖੇਡ ਸਮਝ ਲੈ। ਮੈਂ ਇੱਕ ਵਾਰ ਕੀਤੀ ਸੀ ਕਿ ਬੱਚਾ ਖੇਡ ਖੇਡਦਾ ਰੇਤ ਨਾਲ, ਬਾਰੂ ਨਾਲ, ਅਤੇ ਉਸ ਰੇਤ ਦਾ ਘਰ ਵੀ ਬਣਾਉਂਦਾ। ਪੈ ਅਸੀਂ ਬਚਪਨ ਦੇਖੇ ਪੈਰ 'ਤੇ ਰੇਤ ਪਾ ਲੈਣੀ ਅਤੇ ਥਪ ਥਪਾ ਕੇ ਮੁੜ ਪੈਰ ਕੱਢ ਲੈਣਾ, ਮੇਰਾ ਘਰ ਬਣ ਗਿਆ। ਘਰ ਵੀ ਬਣਾਉਂਦਾ ਅਤੇ ਪਲ ਵਿੱਚ ਜੇ ਘਰ ਇੱਕ ਵਾਰੀ ਦੱਸ ਕੇ ਮੇਰਾ ਘਰ ਬਣ ਗਿਆ, ਫਿਰ ਉਸੇ ਆਪਣੀ ਪੈਰ ਨਾਲ ਪਲ ਵਿੱਚ ਘਰ ਢਾਹ ਵੀ ਦਿੰਦਾ। ਉਹਨੂੰ ਪਤਾ ਹੈ ਵੀ ਘਰ ਬਣਾਉਣਾ ਅਤੇ ਢਾਹਣਾ ਮੇਰੀ ਖੇਡ ਹੈ। ਇਸੇ ਤਰ੍ਹਾਂ ਮੇਰੇ ਮਾਲਕ ਨੂੰ ਪਤਾ ਹੈ ਸੰਸਾਰ ਬਣਾਉਣਾ ਅਤੇ ਖਿਡਾਉਣਾ ਮੇਰੀ ਖੇਡ ਹੈ। ਉਹ ਖੇਡ ਪਿਆ ਖੇਡਦਾ। ਜਿਸ ਦਿਨ ਅਸੀਂ ਉਹਦੀ ਖੇਡ ਨੂੰ ਸਮਝ ਗਏ ਉਸ ਦਿਨ ਅਸੀਂ ਦੁਖੀ ਨਹੀਂ ਹੋਵਾਂਗੇ। ਬਸ ਆਹ ਪ੍ਰਪੇਅਰ ਕਰਨਾ ਚਾਹੁੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਵੀ ਇਸ ਰੀਤ ਤੋਂ ਪਰੇਸ਼ਾਨ ਨਾ ਹੋਵੇ। ਇਸ ਸੰਸਾਰ ਵਿੱਚ ਰਹਿ ਕੇ ਦੁਨੀਆਂ ਦੇ ਸੰਸਾਰ ਦੀ, ਇਸ ਦੁਨੀਆਂ ਦੀ ਬੇਵਫਾਈ ਤੇਰੇ ਹਿਰਦੇ ਅੰਦਰ ਦੁੱਖ ਨਾ ਬਣੇ। ਬਸ ਗੁਰੂ ਨੇ ਇਹੋ ਗੱਲ ਆਖੀ, ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਉਹ ਤਾਂ ਹੀ ਸਮ ਕਰ ਜਾਣੇਗਾ ਜਿਸ ਦਿਨ ਇਹ ਸਮਝੇਗਾ ਕਿ ਸੁੱਖ ਅਤੇ ਦੁੱਖ ਉਹਦੀ ਖੇਡ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ ਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ। ਹੁਕਮੀ ਹੋਵਣ ਆਕਾਰ, ਹੁਕਮ ਨਾ ਕਿਹਾ ਜਾਈ। ਹੁਕਮੀ ਹੋਵਣ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਏ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈਏ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਖੇਡ ਹੈ। ਇਹ ਖਿਡਾਰੀ ਨੂੰ ਕੋਈ, ਇਸ ਖੇਡ ਨੂੰ ਕੋਈ ਚਲਾ ਰਿਹਾ, ਕੋਈ ਖੇਡ ਰਿਹਾ। ਅਸੀਂ ਵੀ ਉਹਦੇ ਇੱਕ ਪਾਤਰ ਹਾਂ ਅਤੇ ਉਹਨੇ ਪਤਾ ਨਹੀਂ ਹਰ ਜੀਵ ਨੂੰ ਇੱਕ ਪਾਤਰ ਬਣਾਇਆ ਹੈ। ਇਸ ਲਈ ਜਿਸ ਦਿਨ ਅਸੀਂ ਇਸ ਸਾਰੇ ਤਮਾਸ਼ੇ ਨੂੰ ਗੁਰੂ ਦੀ, ਰੱਬ ਦੀ ਖੇਡ ਸਮਝ ਲਿਆ, ਉਸ ਦਿਨ ਤਮਾਸ਼ਾ ਸਾਨੂੰ ਚੰਗਾ ਵੀ ਲੱਗੇਗਾ ਕਿਉਂਕਿ ਸਾਡੇ ਰੱਬ ਦਾ ਬਣਾਇਆ ਹੋਇਆ। ਅਸੀਂ ਇਹਦੇ ਵਿੱਚ ਪ੍ਰਪੇਅਰ ਹੋ ਕੇ ਢਲ ਵੀ ਸਕਾਂਗੇ, ਸਾਨੂੰ ਦੁੱਖ ਵੀ ਨਹੀਂ ਹੋਵੇਗਾ। ਸਾਨੂੰ ਪਤਾ ਹੋਵੇਗਾ ਹੈ ਰੀਤ ਪਰ ਬਣਾਈ ਹੋਈ ਮੇਰੇ ਮਾਲਕ ਦੀ। ਇਹੋ ਗੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸਮਝਾਈ ਅਤੇ ਆਖਿਆ ਮੇਰੋ ਸਭੇ ਕਹਿਤੇ ਹੈ ਮੇਰੋ ਪ੍ਰੀਤ ਹੈ ਨਾ। ਜੇ ਭਲਾ ਪ੍ਰੀਤ ਨਾ ਹੋਵੇ ਆਪਣੇ ਬੱਚੇ ਨੂੰ ਕੌਣ ਪਾਲੇਗਾ। ਜੇ ਪ੍ਰੀਤ ਨਾ ਹੋਵੇ ਭਰਾ ਨੂੰ ਗਲਵੱਕੜੀ ਕੌਣ ਪਾਏਗਾ। ਕੋਈ ਪ੍ਰੀਤ ਆਪਣੀ ਥਾਵੇਂ ਕੰਮ ਕਰ ਰਹੀ ਹੈ, ਪਰ ਗੁਰੂ ਕਹਿੰਦੇ ਨੇ ਤੂੰ ਐਸਾ ਉਸ ਪ੍ਰੀਤ ਵਿੱਚ ਬੱਝ ਨਾ ਜਾਏ ਕਿ ਜਦੋਂ ਉਹ ਪ੍ਰੀਤ ਟੁੱਟੇ ਉਦੋਂ ਤੜਪਦਾ ਰਹਿ ਜਾਏ।
ਤੈਨੂੰ ਮੈਂ ਪ੍ਰਪੇਅਰ ਕਰਨਾ ਚਾਹੁੰਦਾ ਵੀ ਇਹ ਅਗਲੀ ਤੁਕ ਮੁਤਾਬਕ ਵੀ ਇਹ ਹਮੇਸ਼ਾ ਪ੍ਰੀਤ ਨਹੀਂ ਰਹਿਣੀ ਹੈ, ਝੂਠੀ ਹੈ, ਇਹ ਇੱਥੋਂ ਦੀ ਰੀਤ ਹੈ, ਇਹਨੂੰ ਰੀਤ ਸਮਝ ਕੇ, ਖੇਡ ਸਮਝ ਕੇ, ਬਰਦਾਸ਼ਤ ਕਰਨ ਦਾ ਮਾਦਾ ਬਣਾ। ਗੁਰੂ ਤਾਂ ਤੈਨੂੰ ਪ੍ਰਪੇਅਰ ਕਰਨਾ ਚਾਹੁੰਦੇ, ਤੈਨੂੰ ਸ਼ਕਤੀਵਾਨ ਬਣਾਉਣਾ ਚਾਹੁੰਦੇ ਨੇ ਤਾਂ ਕਿ ਤੂੰ ਦੁੱਖ ਸੁੱਖ ਵਿੱਚ ਕਿਵੇਂ ਬਲਵਾਨ ਰਹਿਣਾ ਉਹ ਜੀਉ ਸਕੇ। ਗੁਰੂ ਕਹਿੰਦੇ ਨੇ ਮੇਰਾ ਸਭ ਕਹਤੇ ਹੈ ਹਿਤ ਸਿਓ ਬੰਦੇ ਹਿਤ ਸਿਓ ਬੰਦੇ ਸਿਰਫ ਇੰਨੀ ਗੱਲ 'ਤੇ ਵਿਸ਼ਵਾਸ ਕਰ ਲਈਏ ਫਿਰ ਤਾਂ ਸਮਾਜ ਬਣ ਹੀ ਨਾ ਸਕੇ, ਪਰਿਵਾਰ ਬਣ ਹੀ ਨਾ ਸਕੇ, ਪਾਲਣਾ ਹੋ ਹੀ ਨਾ ਬੱਚਿਆਂ ਦੀ ਸਕੇ। ਨਹੀਂ, ਗੁਰੂ ਕਹਿੰਦੇ ਨੇ ਮੈਂ ਤੈਨੂੰ ਇਹ ਗੱਲ ਇੱਕ ਰੀਤ ਕਰਕੇ ਸਮਝਾਉਣਾ ਚਾਹੁੰਦਾ। ਰਸਮ ਜਿਹੜੀ ਜਿਹੜੀ ਮਰਿਆਦਾ ਜਿਹੜੀ ਜਿਹੜੀ ਵੀ ਮਾਲਕ ਨੇ ਬਣਾਈ ਹੈ ਇਸ ਰਚਨਾ ਵਿੱਚ ਉਸ ਤੋਂ ਤੂੰ ਜਾਣੂ ਹੋਵੇਂ। ਅੰਤਕਾਲ ਸੰਗੀ ਨੇ ਕੋ ਇਹ ਅਚਰਜ ਹੈ ਇਹ ਅਚਰਜ ਮਨ ਮੂਰਖ ਅਜੂ ਨੇ ਸਮਝੇ ਮਨ ਮੂਰਖ ਅਜੂ ਨੇ ਸਮਝੇ ਸਿੱਖ ਦੇ ਹਰਿ ਕੀਤੀ ਸੀ। ਰੱਬ ਪਹਿਲਾਂ ਆਪ ਉਹ ਕਰਕੇ ਦਿਖਾਉਂਦਾ ਹੈ ਅਤੇ ਆਪਾਂ ਕਈ ਵਾਰ ਪੜ੍ਹਨੇ ਹਾਂ
एक पासे कहिंदा जग रचना सब झूठ है ते दूजे पासे कहिंदा इसे जग विच रब रहिंदा है इसे संसार विच निरंकार दा निवास है ये जग सच्चे की है कोठड़ी झूठ विच रब रहिंदा वो समझदा दिखाना चाहता है भी संसार झूठे विच तू किवें रहना है किवें रहना है संसार झूठ है पर तू अपने आप नू प्रिपेयर कर सकते किवें रहना है इंदे विच वो सिखाना चाहता है एक पासे कहिंदा है जग रचना सब झूठ है तो दूजे पासे कहिंदा है ये जग सच्चे की है कोठड़ी सच्चे का विच वास सो इसलिए गुरबाणी नू असी बड़ा डीपली समझना है हर पक्ष ताडे साडे सामने उजागर है क्योंकि जे एक पक्ष लवांगे कई बार उदास हो जावांगे दुनिया छड़ दीजिए संसार को जे संसार भला इहो ही गल ते विश्वास कर लवे दुनिया छड़ दीजिए तो फिर संसार किवें प्रफुल्लित रहे रहना है पर रीत समझ के रहना है उस रीत नू समझदिया होया सानू पता होवे ए होना ही होना है इनू बदलिया नहीं जा सकता जिस ठाकर सो ना ही चारा तंको की जय साध नमस्कार इन्हों शब्द नलखमांदा जा चुका फतेह बुलाओ वाहिगुरु जी का खालसा वाहिगुरु जी का